ਜਮਾਤ ਨੌਵੀਂ ਵਿਸ਼ਾ ਪੰਜਾਬੀ ਵਿਆਕਰਣ ਕਿਰਿਆ ਕਿਰਿਆ ਜਿਸ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ ਵਰਬ ਵੀ ਆਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸਦੀ ਪਰਿਭਾਸ਼ਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਰਿਭਾਸ਼ਾ ਜਿਹੜੇ ਸ਼ਬਦ ਕਿਸੇ ਕੰਮ ਦੇ ਕਰਨ ਜਾਂ ਹੋਣ ਨੂੰ ਕਾਲ ਸਹਿਤ ਪ੍ਰਗਟ ਕਰਦੇ ਹਨ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਹਾਂਜੀ, ਜਿਹੜੇ ਸ਼ਬਦ ਕਿਸੇ ਕੰਮ ਦੇ ਕਾਰਨ ਜਾਂ ਕਾਲ ਸਹਿਤ ਪ੍ਰਗਟ ਕਰਦੇ ਹਨ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਜਿਵੇਂ ਉਹ ਜਾਂਦਾ ਹੈ, ਮੈਂ ਪੁਸਤਕ ਪੜ੍ਹਦਾ ਹਾਂ। ਇਹਨਾਂ ਵਾਕਾਂ ਵਿੱਚ ਜਾਂਦਾ ਹੈ, ਪੜ੍ਹਦਾ ਹੈ, ਇਹ ਸ਼ਬਦ ਕਿਰਿਆ ਹਨ। ਇਸੇ ਤਰ੍ਹਾਂ ਹੀ ਹੋਰ ਸ਼ਬਦ ਜਿਸ ਤਰ੍ਹਾਂ ਦੌੜਦਾ ਹੈ, ਖਾਂਦਾ ਹੈ, ਪੜ੍ਹਦਾ ਹੈ, ਇਹ ਵੀ ਕਿਰਿਆ ਵਜੋਂ ਹੀ ਜਾਣੇ ਜਾਂਦੇ ਹਨ। ਕਿਰਿਆ ਦੇ ਦੋ ਮੁੱਖ ਰੂਪ ਹਨ, ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਅਕਰਮਕ ਕਿਰਿਆ ਜਿਸ ਕਿਰਿਆ ਵਿੱਚ ਜਿਸ ਵਿੱਚ ਕਰਤਾ ਹੋਵੇ ਪਰ ਕਰਮ ਨਾ ਹੋਵੇ। ਉਦਾਹਰਣ ਵਜੋਂ ਪਿਤਾ ਜੀ ਪੜ੍ਹਦੇ ਹਨ। ਇਸ ਵਾਕ ਦੇ ਵਿੱਚ ਪਿਤਾ ਜੀ ਕਰਤਾ ਹਨ ਅਤੇ ਪੜ੍ਹਦੇ ਹਨ ਕਿਰਿਆ, ਪਰ ਇਸ ਦੇ ਵਿੱਚ ਓਬਜੈਕਟ ਨਹੀਂ ਹੈ, ਭਾਵ ਕਰਮ ਨਹੀਂ ਹੈ। ਸਕਰਮਕ ਕਿਰਿਆ ਵਿੱਚ ਕਰਤਾ, ਕਰਮ ਅਤੇ ਕਿਰਿਆ ਤਿੰਨੋਂ ਹੀ ਹੁੰਦੇ ਨੇ। ਉਦਾਹਰਣ ਵਜੋਂ ਪਿਤਾ ਜੀ
ਅਖਬਾਰ ਪੜ੍ਹਦੇ ਹਨ। ਵਾਕ ਵਿੱਚ ਪਿਤਾ ਜੀ ਕਰਤਾ, ਅਖਬਾਰ ਕਰਮ ਜਿਸ ਨੂੰ ਅਸੀਂ ਓਬਜੈਕਟ ਕਹਿੰਦੇ ਹਾਂ, ਅਤੇ ਪੜ੍ਹਦੇ ਹਨ ਕਿਰਿਆ ਹੈ। ਇਸ ਭੇਦ ਤੋਂ ਪਤਾ ਚੱਲਦਾ ਹੈ ਕਿ ਇਸ ਕਰਮਕ ਕਿਰਿਆ ਵਿੱਚ ਵਾਕ ਰੂਪ ਵਿੱਚ ਕਰਤਾ ਵੀ ਹੁੰਦਾ ਹੈ, ਕਰਮ ਵੀ ਹੁੰਦਾ ਹੈ ਅਤੇ ਕਿਰਿਆ ਵੀ ਹੁੰਦੀ ਹੈ। ਪਰੰਤੂ ਜਦੋਂ ਅਸੀਂ ਅਕਰਮਾ ਕਿਰਿਆ ਨੂੰ ਵੇਖਦੇ ਹਾਂ, ਉਸ ਦੇ ਵਿੱਚ ਕਰਮ ਨਹੀਂ ਹੁੰਦਾ, ਭਾਵ ਕਰਤਾ ਅਤੇ ਕਿਰਿਆ ਹੀ ਹੁੰਦੀ ਹੈ।